ਖੇਤੀਬਾੜੀ ਅਤੇ ਉਦਯੋਗ ਦੋਵਾਂ ਦੇ ਵਿਕਾਸ ਲਈ ਬਿਜਲੀ ਇੱਕ ਮੁੱਢਲੀ ਲੋੜ ਹੈ। ਡੰਡਿੰਗ ਸ਼ਕਤੀ ਦਾ ਸਭ ਤੋਂ ਸਸਤਾ ਸਾਧਨ ਹੋਣ ਕਰਕੇ ਬਿਜਲੀ ਦੀ ਮੰਗ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਡੰਡਿੰਗ ਪਿਛਲੇ ਕੁਝ ਸਮੇਂ ਵਿੱਚ ਇਸ ਦੀ ਮੰਗ ਅਣਕਿਆਸੀ ਹੱਦਾਂ ਛੋ ਗਈ ਹੈ। ਡੰਡਿੰਗ ਇਸ ਪਿਛੋਕੜ ਵਿੱਚ ਇਹ ਸੁਭਾਵਿਕ ਹੀ ਹੈ ਕਿ ਜੇਕਰ ਬਿਜਲੀ ਪੈਦਾ ਕਰਨ ਦੀ ਸਮਰੱਥਾ ਵਧਾਉਣ ਲਈ ਅਸਰਦਾਇਕ ਕਦਮ ਨਾ ਚੁੱਕੇ ਗਏ ਤਾਂ ਰਾਜ ਨੂੰ ਬਿਜਲੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ। ਡੰਡਿੰਗ ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਦੇ ਚੱਲ ਰਹੇ ਪ੍ਰੋਜੈਕਟਾਂ ਨੂੰ ਨਿਸ਼ਚਿਤ ਮਿਤੀ ਤੋਂ ਪਹਿਲਾਂ ਪੂਰਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਡੰਡਿੰਗ ਇਸ ਮੰਤਵ ਲਈ ਬਿਜਲੀ ਵਾਸਤੇ ਯੋਜਨਾ ਉਪਬੰਧ ਨੂੰ ਚਾਲੂ ਸਾਲ ਨਾਲੋਂ ਤਕਰੀਬਨ 32% ਵਧਾਇਆ ਜਾ ਰਿਹਾ ਹੈ। ਡੰਡਿੰਗ ਖੇਤੀ ਖੇਤਰ ਵਿੱਚ ਬਿਜਲੀ ਦੀ ਵਧੇਰੇ ਵਰਤੋਂ ਸਿੰਜਾਈ ਦੇ ਮੰਤਵ ਲਈ ਕੀਤੀ ਜਾਂਦੀ ਹੈ। ਡੰਡਿੰਗ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਘਾਟ ਨੂੰ ਬਰਦਾਸ਼ਤ ਕਰਨਾ ਬੜਾ ਮੁਸ਼ਕਲ ਹੈ। ਡੰਡਿੰਗ ਭਾਵੇਂ ਪੰਜਾਬ ਵਿੱਚ ਕਾਸ਼ਤਯੋਗ ਕੁੱਲ ਰਕਬੇ ਦਾ 87% ਤੋਂ ਵੱਧ ਭਾਗ ਪਹਿਲਾਂ ਹੀ ਸਿੰਜਾਈ ਅਧੀਨ ਹੈ, ਪਰ ਫਿਰ ਵੀ ਰੋਪੜ ਅਤੇ ਹੁਸ਼ਿਆਰਪੁਰ ਦੇ ਜ਼ਿਲ੍ਹਿਆਂ ਵਿੱਚ ਸਿੰਜੇ ਰਕਬੇ ਦੀ ਪ੍ਰਤੀਸ਼ਤਤਾ ਘੱਟ ਹੈ। ਡੰਡਿੰਗ ਨਹਿਰੀ ਸਿੰਜਾਈ ਦਾ ਘੇਰਾ ਵਧਣ ਨਾਲ ਬਿਜਲੀ ਦੀ ਮੰਗ ਵਿੱਚ ਹੋਣ ਵਾਲਾ ਵਾਧਾ ਕੁਝ ਹੱਦ ਤੱਕ ਘੱਟ ਜਾਵੇਗਾ। ਡੰਡੀ ਪਰ ਪਛੜੇ ਜ਼ਿਲ੍ਹਿਆਂ ਵਿੱਚ ਸਿੰਜਾਈ ਸਹੂਲਤਾਂ ਮੁਹੱਈਆ ਕਰਨ ਲਈ ਪੁਰਜ਼ੋਰ ਯਤਨ ਕੀਤੇ ਜਾਣਗੇ। ਡੰਡਿੰਗ ਇਸ ਉਦੇਸ਼ ਦੀ ਪੂਰਤੀ ਲਈ ਸਰਕਾਰ ਨੇ ਕੰਢੀ ਵਾਟਰ ਸ਼ੈੱਡ ਪ੍ਰਾਜੈਕਟ ਅਤੇ ਕੰਢੀ ਕਨਾਲ ਪ੍ਰਾਜੈਕਟ ਨਾਂ ਦੇ ਪ੍ਰੋਜੈਕਟ ਹੱਥ ਵਿੱਚ ਲਏ ਹਨ। ਡੰਡਿੰਗ ਇਹ ਪ੍ਰਾਜੈਕਟ ਮੁਕੰਮਲ ਹੋਣ ਉਪਰੰਤ ਨਾ ਕੇਵਲ ਬਹੁਤ ਵੱਡੀ ਮਾਤਰਾ ਵਿੱਚ ਭੂਮੀ ਸਿੰਚਾਈ ਅਧੀਨ ਆ ਜਾਵੇਗੀ, ਸਗੋਂ ਬਹੁਤ ਸਾਰੀ ਭੂਮੀ ਹੜ੍ਹਾਂ ਦੀ ਮਾਰ ਤੋਂ ਵੀ ਬਚ ਜਾਵੇਗੀ। ਡੰਡਿੰਗ ਵੱਡੀਆਂ ਅਤੇ ਛੋਟੀਆਂ ਸਿੰਚਾਈ ਸਕੀਮਾਂ ਨੇਪਰੇ ਚੜ੍ਹ ਜਾਣ ਉਪਰੰਤ 39,000 ਹੈਕਟੇਅਰ ਦੀ ਸਿੰਜਾਈ ਸਮਰੱਥਾ ਹੋਰ ਵੱਧ ਜਾਵੇਗੀ। ਡੰਡਿੰਗ ਇਸ ਤੋਂ ਇਲਾਵਾ ਖਾਲ ਪੱਕੇ ਕਰਕੇ ਵੀ 22,000 ਹੈਕਟੇਅਰ ਦੀ ਸਿੰਜਾਈ ਸਮਰੱਥਾ ਵਧਾਈ ਜਾਵੇਗੀ। ਡੰਡਿੰਗ ਪਾਣੀ ਨਾਲ ਸੰਬੰਧਿਤ ਇੱਕ ਮਸਲਾ ਸੇਮ ਦਾ ਮਸਲਾ ਹੈ। ਡੰਡਿੰਗ ਸਰਕਾਰ ਮੁਕਤਸਰ ਵਿੱਚ ਸੇਮ ਦੀ ਸਮੱਸਿਆ ਪ੍ਰਤੀ ਸੁਚੇਤ ਹੈ ਅਤੇ ਇਸ ਇਲਾਕੇ ਨੂੰ ਧਸ ਜਾਣ ਤੋਂ ਬਚਾਉਣ ਲਈ ਤੁਰੰਤ ਕਦਮ ਚੁੱਕਣ ਦੀ ਤਜਵੀਜ਼ ਰੱਖਦੀ ਹੈ। ਡੰਡਿੰਗ ਇਸ ਮੰਤਵ ਲਈ ਇੱਕ ਖਾਸ ਸਕੀਮ ਤਿਆਰ ਕਰ ਲਈ ਗਈ ਹੈ ਅਤੇ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਡੰਡਿੰਗ ਇਸ ਮੰਤਵ ਲਈ ਫੰਡਾਂ ਦਾ ਉਪਬੰਧ ਚਾਲੂ ਸਾਲ ਦੇ ਦੌਰਾਨ ਹੀ ਕੀਤਾ ਜਾਵੇਗਾ। ਡੰਡਿੰਗ ਇਸ ਪ੍ਰੋਜੈਕਟ ਲਈ ਵਿੱਤੀ ਸਹਾਇਤਾ ਵਿਸ਼ਵ ਬੈਂਕ ਪਾਸੋਂ ਵੀ ਪ੍ਰਾਪਤ ਕੀਤੀ ਜਾਵੇਗੀ। ਡੰਡਿੰਗ ਸਾਡੀ ਸਰਕਾਰ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕਰਨ ਲਈ ਦ੍ਰਿੜ ਸੰਕਲਪ ਅਤੇ ਯਤਨਸ਼ੀਲ ਹੈ। ਡੰਡਿੰਗ